ਹਾਂਜੀ ਦੋਸਤੋ, ਅੱਜ ਆਪਾਂ ਗੱਲ ਕਰਨੀ ਆ ਗ੍ਰੀਨਲੈਂਡ ਦੀ ਕਣਕ, ਜੋ ਕਿ ਆਪਾਂ ਇੱਕ ਕਿੱਲਾ ਟ੍ਰਾਇਲ ਕੀਤਾ ਸੀਗਾ GL 22 72, ਅਤੇ ਇਹਦਾ ਕੀ ਅਨੁਭਵ ਰਿਹਾ ਆਪਣੇ ਤੌਰ 'ਤੇ ਤੁਹਾਨੂੰ ਸਿੱਧਾ ਦੱਸਾਂਗੇ। ਆਪਾਂ ਕਿਸੇ ਨਾਲ ਕੋਈ ਪ੍ਰਮੋਸ਼ਨ ਵਾਲਾ ਕੰਮ ਨਹੀਂ ਹੈਗਾ, ਜੋ ਕਿ ਆਪਾਂ ਵੀ ਕਿਸਾਨ ਹੈ ਕੰਮ, ਅਤੇ ਸਿੱਧੀ ਗੱਲ ਦੱਸਾਂਗੇ ਤੁਹਾਨੂੰ ਸਪਸ਼ਟ ਤੌਰ 'ਤੇ ਵੀ ਕੀ ਫਰਕ ਰਿਹਾ ਬਾਕੀ ਕਣਕਾਂ ਦੇ ਨਾਲੋਂ ਇਸ ਕਣਕ ਦੇ ਵਿੱਚ। ਇਹ ਆਪਾਂ ਇੱਕ ਕਿੱਲਾ ਕਣਕ ਬੀਜੀ ਸੀਗੀ, ਗ੍ਰੀਨਲੈਂਡ ਕੰਪਨੀ ਉਹੀ ਆ ਜਿਸ ਦੀ ਕਿ ਪਿਛਲੇ ਸਾਲ 31-31 ਮੱਕੀ ਆ ਜਿਹੜੀ ਚਾਰ ਵਾਲੀ, ਉਹ ਕਾਫੀ ਫੇਮਸ ਰਹੀ ਹੈ। ਅਤੇ ਇਸ ਵਾਰ ਇਹਨਾਂ ਨੇ ਕਣਕ ਕੱਢੀ ਸੀ ਨਵੀਂ, ਪਿਛਲੇ ਸਾਲ ਵੀ ਇਹਦੇ ਟ੍ਰਾਇਲ ਵਧੀਆ ਚੱਲੇ ਸੀ, ਕਾਮਯਾਬ ਰਹੇ ਆ, ਅਤੇ ਇਸ ਵਾਰ ਕਾਫੀ ਕਿਸਾਨਾਂ ਨੂੰ ਇਹ ਕਣਕ ਦਿੱਤੀ ਗਈ ਆਪਣੇ ਵਾਹਣਾਂ ਦੇ ਵਿੱਚ ਬੀਜਣ ਵਾਸਤੇ। ਅਤੇ ਦੇਖੀਏ ਤਾਂ ਬਹੁਤ ਰਿਜ਼ਲਟ ਚੰਗਾ ਰਿਹਾ ਇਹਦਾ, ਜਿੰਨਾ ਕੁ ਹੋ ਸਕਦਾ ਤੁਹਾਨੂੰ ਦੱਸਦੇ ਹਾਂ ਆਪਣੇ ਹਿਸਾਬ ਦੇ ਨਾਲ, ਅਨੁਭਵ ਦੇ ਨਾਲ ਦੂਜੀਆਂ ਕਣਕਾਂ ਨਾਲ ਕੀ ਫਰਕ ਰਿਹਾ ਇਹਦਾ। ਇੱਕ ਤਾਂ ਇਹ ਕਣਕ ਆ ਜਿਹੜੀ ਮੰਨ ਲਓ ਫੁੱਟਣ ਦੇ ਵਿੱਚ ਇਹਦੀ ਸ਼ਕਤੀ ਕਾਫੀ ਹੈਗੀ, ਵਧੀਆ ਬੂਟਾ ਮਾਰਦੀ ਹੈ, ਅਤੇ ਵੱਲੀ ਵੀ ਇਹਦੀ ਚੰਗੀ ਹੈ ਕਣਕ ਦੀ ਇਹਦੀ। ਅਤੇ ਬਾਕੀ ਇਹ ਕਣਕ ਦੂਜੀਆਂ ਕਣਕਾਂ ਦੇ ਨਾਲ ਜ਼ਿਆਦਾ ਗੂੜੀ ਹਰੀ ਰਹਿੰਦੀ ਆ। ਕਈ ਯਾਰ ਆਪਣੇ ਕਿਸਾਨਾਂ ਨੂੰ ਇਹ ਹੁੰਦਾ ਕਿ ਰੇਹ ਪਾਉਂਦੇ ਆ ਤਾਂ ਹਰੀ ਰਹਿੰਦੀ ਹੈ ਜ਼ਿਆਦਾ, ਇੱਕੋ ਜਿਹੀ ਰੇਹ ਪਾਈ ਆ ਆਪਾਂ ਦੂਜੀ ਕਣਕ ਵੀ ਨਾਲ ਆਪਣੀ ਬੀਜੀ ਹੋਈ, ਇੱਕੇ ਦਿਨ ਬੀਜੀ ਸੀਗੀ, ਉਨੀ ਰੇਹ ਇਹਨੂੰ ਪਾਈ, ਉਨੀ ਉਸ ਨੂੰ ਪਾਈ ਸੀ ਆਪਾਂ। ਅਤੇ ਕੱਦ ਵੀ ਇਹਦਾ ਕਾਫੀ ਚੰਗਾ ਤੁਸੀਂ ਦੇਖ ਸਕਦੇ ਹੋ, ਮੇਰਾ ਕੱਦ ਜਿਹੜਾ 6 ਫੁੱਟ ਤੋਂ ਸਿਰਫ 1 ਇੰਚ ਘੱਟ ਹੈ, ਅਤੇ ਕੱਦ ਤੁਸੀਂ ਦੇਖ ਸਕਦੇ ਹੋ ਇੱਥੋਂ ਤੱਕਰ ਪੂਰਾ ਲੱਕ ਤੋਂ ਉੱਪਰ ਆਉਂਦੀ ਹੈ ਇਹ, ਅਤੇ ਵੱਲੀ ਵੀ ਚੰਗੀ ਹੈ। ਬਾਕੀ ਸਭ ਤੋਂ ਵੱਡੀ ਗੱਲ ਇਹਦੀ ਹੈਗੀ ਆ ਜਿਹੜੀ ਇਹ ਡਿੱਗਦੀ ਨਹੀਂ ਕਣਕ, ਕਾਫੀ ਇਹਨੂੰ ਪਾਣੀ ਅਸੀਂ ਭਰ ਭਰ ਕੇ ਲਾਇਆ ਸੀਗਾ ਇਸ ਸਪੈਸ਼ਲ ਇਸ ਕਣਕ ਨੂੰ, ਕਿੱਲੇ ਨੂੰ। ਅਤੇ ਮੀਂਹ ਹਨੇਰੀ ਵਿੱਚ ਦੀ ਆਇਆ, ਹੁਣ ਪਿਛਲੇ 2-4 ਦਿਨਾਂ ਦੇ ਵਿੱਚ ਹਨੇਰੀ ਕਾਫੀ ਵਗੀ ਹੈ, ਅਤੇ ਦੂਜੀਆਂ ਕਣਕਾਂ ਦੇ ਵਿੱਚੋਂ ਕਣਕ ਡਿੱਗ ਚੁੱਕੀਆਂ, ਪਰ ਇਹ ਕਣਕ ਬਹੁਤ ਘੱਟ ਸਾਨੂੰ ਕਿਤੇ ਨਹੀਂ ਦਿਸੀ, ਕੋਈ ਮਾੜੀ ਮੋਟੀ ਜਗ੍ਹਾ ਹੋ ਸਕਦਾ ਅੱਧਾ ਕੁ ਮਰਲਾ ਟੇਢੀ ਹੋਈ ਹੋਵੇ, ਅਤੇ ਵਧੀਆ ਖੜੀ ਹੈ ਨਜ਼ਾਰੇ ਨਾਲ ਕਣਕ। ਬਾਕੀ ਵੱਲੀ ਚੰਗੀ ਹੈ ਇਹਦੀ, ਅਤੇ ਬਾਕੀ ਕਣਕ ਤੁਹਾਨੂੰ ਰੰਗ ਦੱਸਿਆ ਵੀ ਪਹਿਲਾਂ ਦੂਜੀਆਂ ਕਣਕਾਂ ਦੇ ਨਾਲੋਂ ਜਿਹੜਾ ਰੰਗ ਹੈ ਇਹਦਾ ਕਾਫੀ ਗੂੜਾ ਰੰਗ ਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਚੰਗੀ ਕਣਕ ਆਖ ਦਿੰਦੇ ਹਾਂ ਆਪਣੇ ਲੋਕ। ਰੇਹ ਵੀ ਪਾ ਪਾ ਕੇ ਕਈ ਵਾਰੀ ਗੂੜੀ ਕਰਦੇ ਆ ਵੀ ਹਾਂ ਰੰਗ ਪੱਤਾ ਥੋੜ੍ਹਾ ਜਿਹਾ ਯਾਰ ਫਿੱਕਾ ਆ ਜਿਹਾ ਤੋਤੇ ਰੰਗਾ, ਵੀ ਰੇਹ ਪਾ ਦਿਉ। ਉਹ ਚੀਜ਼ ਦੀ ਇਹਨੂੰ ਸਪੈਸ਼ਲ ਲੋੜ ਨਹੀਂ ਪਈ ਸਾਨੂੰ ਨਹੀਂ ਰੇਹ ਪਾਉਣ ਦੀ, ਅਤੇ ਇਹ ਵਧੀਆ ਗੂੜੀ ਹਰੀ ਹੈ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਆਪਾਂ ਵਾਢੀ ਕੀਤੀ ਇਹਦੀ, ਉਹਦੀ ਇੱਕ ਸਪੈਸ਼ਲ ਵੀਡੀਓ ਆਪਾਂ ਪਾਵਾਂਗੇ, ਬਾਕੀ ਇਹਦਾ ਝਾੜ ਕਿੰਨਾ ਕੁ ਹੁੰਦਾ ਹੈਗਾ, ਕਾਫੀ ਝਾੜ ਦੱਸਿਆ ਜਾ ਰਿਹਾ ਇਸ ਕਣਕ ਦਾ। ਅਤੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਪੇਜ ਆ ਜਿਹੜਾ ਉਹ ਭੁੱਲਰ ਸਾਹਿਬ ਦੇ ਨਾਲ ਤੁਸੀਂ ਜੁੜੇ ਰਹੋ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਪੇਜ 'ਤੇ ਆਪਾਂ ਵੀਡੀਓ ਚੜ੍ਹਾਵਾਂਗੇ ਜਿਹਦੇ ਵਿੱਚ ਕਿ ਝਾੜ ਵੀ ਦਿਖਾਵਾਂਗੇ ਵੀ ਇਸ ਕਣਕ ਦਾ ਕਿੰਨਾ ਹੈਗਾ, ਅਤੇ ਸਹੀ ਤੁਹਾਨੂੰ ਪਤਾ ਲੱਗ ਜੂਗਾ ਵੀ ਇਸ ਕਣਕ ਦਾ ਜਿਹੜਾ ਕਿੰਨਾ ਝਾੜ ਹੈ। ਅਤੇ ਅਸੀਂ ਵੀ ਬੀਜ ਪ੍ਰੋਵਾਈਡ ਕਰਾਵਾਂਗੇ, ਤੁਹਾਨੂੰ ਆਖਾਂਗੇ ਵੀ ਹਾਂ ਇਹ ਕਣਕ ਬੀਜੋ ਜੇ ਵਾਕਈ ਆਪਣੀਆਂ ਉਮੀਦਾਂ 'ਤੇ ਇਹ ਕਣਕ ਖਰੀ ਉਤਰੀ। ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਰਿਜ਼ਲਟ ਆਪਾਂ ਇਹਦਾ ਜਿਹੜਾ ਵਰਾਇਟੀ ਆ ਤੁਹਾਨੂੰ ਦੱਸਾਂਗੇ।